ਦੋਸਤੋ ਆ ਮੁੜ ਤੋਂ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਅੱਜ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੇ ਟੈਲੈਂਟ ਨੂੰ ਨਰਚਰ ਕਰ ਸਕਦੇ ਹਾਂ ਜੋ ਕਿ ਵਾਕਈ ਇਸ ਗੱਲ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗਾ। ਮੈਂ ਨਿਊਯਾਰਕ ਦੇ ਵਿੱਚ ਰਹਿ ਕੇ ਵੇਖਦਾ ਜਿਹੜੀ ਹੋਰ ਕਮਿਊਨਿਟੀਆਂ ਨੇ ਜਿਹੜੀ ਹੋਰ ਦੂਜੇ ਵੱਖ ਵੱਖ ਆਪਣੇ ਭਾਈਚਾਰੇ ਦੇ ਲੋਕ ਨੇ ਯਹੂਦੀ ਮੈਨੂੰ ਲੱਗਦੇ ਨੇ ਜਿਹੜੇ ਜੂਇਸ਼ ਨੇ ਯਹੂਦੀਜ਼ ਨੇ ਉਹ ਆਪਣੇ ਬੱਚਿਆਂ ਦੇ ਵਿੱਚ ਇੱਕ ਤਾਂ ਧਰਮ ਪ੍ਰਤੀ ਇੰਨਾ ਉਹਨਾਂ ਨੂੰ ਇੰਨਾ ਸਟਰੋਂਗ ਕਰ ਦਿੰਦੇ ਨੇ ਉਹਨਾਂ ਦੇ ਬ੍ਰੇਨ ਨੂੰ ਕਿ ਉਹ ਵਾਕਈ ਆਪਣੇ ਧਰਮ ਪ੍ਰਤੀ ਇੱਕਦਮ ਬਹੁਤ ਮਜ਼ਬੂਤ ਹੁੰਦੇ ਨੇ। ਤਾਂ ਉਸ ਤੋਂ ਵੀ ਵੱਡੀ ਗੱਲ ਐਜੂਕੇਸ਼ਨ ਦੇ ਵਿੱਚ ਵੀ ਉਹ ਕੋਈ ਕਮੀ ਨਹੀਂ ਛੱਡਦੇ। ਅੱਜ ਜਿਹੜੇ ਯਹੂਦੀ ਨੇ ਉਹਨਾਂ ਦੇ ਬੱਚੇ ਨੇ ਅੱਜ ਉਹ ਅਮੈਰੀਕਾ ਦੇ ਵਿੱਚ ਹਰ ਵੱਡੇ ਅਹੁਦੇ ਦੀ ਜੇਕਰ ਮੈਂ ਗੱਲ ਕਰਾਂ ਉਹ ਉਹਦੇ ਵਿੱਚ ਜ਼ਰੂਰ ਨੇ, ਚਾਹੇ ਉਹ ਬਿਜ਼ਨਸ ਸੈਕਟਰ ਹੋਏ, ਚਾਹੇ ਉਹ ਗੌਰਮੈਂਟ ਸੈਕਟਰ ਹੋਏ, ਚਾਹੇ ਉਹ ਪ੍ਰਾਈਵੇਟ ਸੈਕਟਰ ਹੋਏ, ਉਹਨਾਂ ਦੇ ਬੱਚੇ ਅੱਜ ਵਾਕਈ ਹੀ ਵੱਡੇ ਮੁਕਾਮ ਹਾਸਿਲ ਕਰ ਰਹੇ ਨੇ। ਅਤੇ ਕੀ ਸਿੱਖ ਅਤੇ ਸਿੱਖ ਦਾ ਬੱਚਾ ਇਸ ਨੂੰ ਹਾਸਿਲ ਨਹੀਂ ਕਰ ਸਕਦਾ, ਕਿ ਉਹ ਨਹੀਂ ਕਰ ਰਿਹਾ ਜਾਂ ਫਿਰ ਕਰ ਰਿਹਾ, ਅਤੇ ਕੀ ਕਿਹਨਾਂ ਕਿਹਨਾਂ ਗੱਲਾਂ ਦੀ ਹੋਰ ਲੋੜ ਹੈ ਔਰ ਕਿਵੇਂ ਕਰ ਸਕਦਾ ਹੈ। ਇਸ ਨੂੰ ਲੈ ਕੇ ਡਾਕਟਰ ਚਰਨ ਕਮਲ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਇਸੀ ਮੁਤਲਕ ਕਰ ਰਹੇ ਹਾਂ। ਡਾਕਟਰ ਸਾਹਿਬ, ਤੁਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਜਿਹੜੀ ਗੱਲ ਕੀਤੀਆਂ ਸੀਗੀਆਂ, ਸਾਨੂੰ ਫੋਨ ਕਾਲਸ ਵੀ ਆਉਣੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਜਿਹੜੇ ਕਾਲਰਸ ਨੇ ਉਹ ਕੀ ਕਹਿਣਾ ਚਾਹੁੰਦੇ ਨੇ। ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਕਮਲ ਸਿੰਘ ਬੋਲਦਾ ਇੱਥੋਂ ਇੰਗਲੈਂਡ ਤੋਂ ਜੀ। ਜੀ ਜੀ ਕਮਲ ਸਿੰਘ ਜੀ। ਭਾਜੀ ਉੱਥੇ ਬੱਚਿਆਂ ਦੀ ਆਪਣੇ ਪੰਜਾਬ ਵਿੱਚ ਇਸ ਟਾਈਮ ਕੋਈ ਵੀ ਸੇਫਟੀ ਨਹੀਂ ਹੈਗੀ ਜੀ, ਕਿਉਂਕਿ ਅਸੀਂ ਇੱਥੋਂ ਬੱਚੇ ਲੈ ਕੇ ਗਏ ਸੀ ਜੀ, ਕਿ ਆਪਣੇ ਪੰਜਾਬ ਦੇ ਵਿੱਚ ਸ਼ਾਂਤੀਪੂਰਨ ਰਵਾਂਗੇ ਜੀ, ਸਾਡੇ ਬੱਚੇ ਸਿੱਖੀ ਸਰੂਪ ਦੇ ਵਿੱਚ ਹੈ ਸਾਰਾ ਕੁਛ ਜੀ, ਪਰ ਉਹ ਇੱਥੇ ਹੀ ਸੇਫ ਆ, ਇੱਥੇ ਜ਼ਿਆਦਾ ਸੇਫ ਨੇ। ਤੁਹਾਨੂੰ ਕਿਉਂ ਲੱਗਦਾ ਕਿ ਉਹ ਇੱਥੇ ਸੇਫ ਨੇ ਉੱਥੇ ਸੇਫ ਨਹੀਂ ਹੈਗੇ? ਭਾਜੀ ਉੱਥੇ ਕੋਈ ਸੇਫਟੀ ਨਹੀਂ ਹੈਗੀ, ਕੋਈ ਵੀ ਉੱਥੇ ਪੁਲਿਸ ਆ, ਪੁਲਿਸ ਜੀ ਕੋਈ ਬੋਲ ਨਹੀਂ ਕਰਦੀ ਜੀ, ਵੀ ਇੱਥੇ ਬੱਚਾ ਵਾ ਜੀ, ਛੋਟਾ ਬੱਚਾ, ਕਿਉਂਕਿ ਇਸ ਬੱਚੇ ਨੂੰ ਕੁਛ ਨਹੀਂ ਉੱਥੇ ਪਤਾ ਜੀ। ਠੀਕ ਹੈ ਜੀ, ਬਿਲਕੁਲ ਇੱਥੇ ਬੱਚੇ ਇੱਥੇ ਕੁਛ ਵੀ ਆ, ਅਸੀਂ ਕਿਤੇ ਵੀ ਜਾਂਦੇ ਹਾਂ ਇੱਥੇ ਦੇ ਲੋਕਾਂ ਨੂੰ ਪਤਾ ਆ ਵੀ ਇਹ ਬੱਚਾ ਹੈ ਜੀ, ਗੋਰਾ ਹੋਵੇ, ਕਾਲਾ ਹੋਵੇ, ਆਪਣਾ ਹੋਵੇ ਜਾਂ ਕੋਈ ਵੀ ਹੋਵੇ ਜੀ, ਕੋਈ ਇੱਥੇ ਹੈ ਨੀ ਵੀ ਬੱਚਿਆਂ ਨੂੰ ਬੱਚਾ ਸਮਝਦੇ ਆ ਲੋਕ ਜੀ 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 ਬਿਲਕੁਲ 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 ਆਪਾਂ ਅਸੀਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜੀ ਆਪਣਾ 11 ਮੰਥ ਬੇਬੀ ਲੈ ਕੇ ਗਏ ਸੀ ਜੀ, ਤੇ ਮੇਰੀ ਵਾਈਫ ਉਸ ਟਾਈਮ ਪ੍ਰੈਗਨੈਂਟ ਸੀ ਜੀ ਜੀ, ਹੈ ਨਾ, ਕੋਈ ਨਿੱਕੀ ਜੀ ਗੱਲ ਕਿਸੇ ਦੀ ਸੀ ਤੇ ਅਸੀਂ ਵਿੱਚ ਬੋਲੇ ਜੀ, ਤੇ ਉਹਨਾਂ ਨੇ ਸਾਡੇ ਤੇ ਹੀ ਸਾਨੂੰ ਹੀ ਖਿੱਚਣੂ ਕਰ ਦਿੱਤੀ। ਅੱਛਾ, ਸਾਨੂੰ ਵਾਪਸ ਆਉਣਾ, ਅਸੀਂ ਬੱਚਾ ਲੈ ਕੇ ਵਾਪਸ, ਅਸੀਂ ਵਾਪਸ, ਚਲੋ ਪੁਲਿਸ ਨੇ ਜੋ ਵੀ ਕੀਤਾ ਜਿੱਦਾਂ ਠੀਕ ਠਾਕ ਹੈ, ਮਤਲਬ ਉੱਥੇ ਦੇ ਜਿਹੜੇ ਫੈਸਿਲਿਟੀਜ਼ ਨੇ, ਤੁਹਾਨੂੰ ਲੱਗਦਾ ਕਿ ਬੱਚੇ ਪੰਜਾਬ ਦੇ ਵਿੱਚ ਸਿਕਿਓਰ ਨਹੀਂ ਨੇ, ਬੱਚੇ ਵਾਕਈ ਵਿਦੇਸ਼ਾਂ ਦੇ ਵਿੱਚ ਸਿਕਿਓਰ ਨੇ? ਬਹੁਤ ਬਹੁਤ ਧੰਨਵਾਦ, ਮੈਂ ਤੁਹਾਨੂੰ ਤੁਹਾਡੀ ਜਿਹੜੀ ਗੱਲ ਹੈ ਮੈਨੂੰ ਸਮਝ ਆ ਗਈ। ਅਤੇ ਡਾਕਟਰ ਸਾਹਿਬ, ਸਾਡੇ ਕਾਲਰਸ ਪਹਿਲਾਂ ਵੀ ਮੈਨੂੰ ਕਈ ਵਾਰ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਬੱਚੇ ਪੰਜਾਬ ਦੇ ਵਿੱਚ ਸਿਕਿਓਰ ਨਹੀਂ ਹੈਗੇ, ਲੇਕਿਨ ਬੱਚੇ ਵਿਦੇਸ਼ਾਂ ਦੇ ਵਿੱਚ ਸਿਕਿਓਰ ਨੇ। ਹੁਣ ਤੁਸੀਂ ਬੱਚਿਆਂ ਨਾਲ ਮਿਲ ਵੀ ਰਹੇ ਹੋ, ਅਤੇ ਤੁਹਾਨੂੰ ਲੱਗਦਾ ਕਿ ਵਾਕਈ ਬੱਚਿਆਂ ਦਾ ਇੰਟਲੈਕਚੁਅਲ ਲੈਵਲ ਪੰਜਾਬ ਦੇ ਬੱਚਿਆਂ ਨਾਲੋਂ ਜ਼ਿਆਦਾ ਅੱਛਾ? Well, a intellectual level is a very multifarious kind of assessment. ਕਿ ਔਨ ਦਾ ਕੰਟਰੀ, ਮੈਂ ਤੁਹਾਨੂੰ ਦੱਸਾਂ ਪਰਸਪੈਕਟਿਵ ਕੀ ਹੈ ਜੀ। ਜਿਹੜੇ ਪੰਜਾਬ 'ਚ ਮਾਪੇ ਹੈਗੇ ਨੇ, ਉਹ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਫੋਰਨ ਭੇਜਣ 'ਚ ਉਹ ਘਬਰਾਉਂਦੇ ਨੇ ਜੀ, ਵੀ ਆਪਾਂ ਥੋੜ੍ਹਾ ਬੱਚਾ ਆਪਣੇ ਜੋਗਾ ਹੋ ਜਾਏ, ਇਹਨੂੰ ਗ੍ਰੈਜੂਏਟ ਕਰ ਦਈਏ ਤਾਂ ਇਹਨੂੰ ਅਸੀਂ ਬਾਹਰ ਭੇਜੀਏ। ਇੱਧਰ ਦੇ ਬੱਚੇ ਜਿਹੜੇ ਨੇ, ਜਿਹੜੇ ਉੱਧਰ ਨੂੰ ਜਾਣ ਲੱਗੇ ਆ, ਥੋੜ੍ਹਾ ਜਿਹਾ ਬਿਕੋਜ਼ ਇਹਨਾਂ ਦਾ ਕਲਚਰਲ ਡੈਵੀਏਸ਼ਨ ਤਾਂ ਹੋਈ ਹੈ, ਇਹਨਾਂ 'ਚ ਡਿਮਾਰਕੇਸ਼ਨ ਆਈ ਹੈ ਕਿ ਜਿਨ੍ਹਾਂ ਦੀ ਬੋਲੀ ਔਰ ਜਿਨ੍ਹਾਂ ਦੇ ਸੁਸਾਈਟਲ ਹਾਲਾਤ ਜਿਹੜੇ ਨੇ, ਉਹ ਸਮਾਜ ਦੇ ਵੱਖਰੇ ਵੱਖਰੇ ਪਹਿਲੂਆਂ ਦਾ ਇਹਨਾਂ ਦੇ ਉੱਪਰ ਅਸਰ ਇੱਥੇ ਹੈਗਾ, ਉਹਨਾਂ ਦਾ ਹੋਰ ਤਰ੍ਹਾਂ ਦਾ ਹੈਗਾ। ਤੋ ਜੇਕਰ ਆਪਾਂ ਗੁਰਸਿੱਖੀ ਦੇ ਹਿਸਾਬ ਨਾਲ ਚੱਲੀਏ ਤਾਂ
ਐਪਰੈਂਟਲੀ ਆਲਦੋ ਮੈਂ ਜੇ ਕੰਪੈਰੀਜ਼ਨ ਕਰਦਾਂ ਤਾਂ ਸਿੱਖ ਸਮਾਜ 'ਚ ਸਿੱਖ ਧਰਮ 'ਚ ਜਿਹੜੇ ਸਾਡੀ ਪਨੀਰੀ ਹੈ ਉਹ ਧਰਮ ਦੇ ਬਾਕੀਆਂ ਨਾਲੋਂ ਜ਼ਿਆਦਾ ਨੇੜੇ ਹੈ ਜੀ, ਕਿਉਂਕਿ ਜਿਹੜੇ ਬਾਕੀਆਂ ਦੇ ਆਪਣੇ ਜਿਹੜਾ ਹੁਣ ਜਿਹੜਾ ਇੰਡੀਆ ਦੇ ਆਪਾਂ ਗੱਲ ਕਰੀਏ ਤਾਂ ਸਾਡੀ ਮੈਜੋਰਿਟੀ ਜਿਹੜੀ ਕਮਿਊਨਿਟੀ ਹੈ ਉਹ ਬੱਚਿਆਂ ਨੂੰ ਆਪਣੇ ਕਿਸੇ ਧਰਮ ਦਾ, ਧਰਮ ਦੇ ਗ੍ਰੰਥ ਦਾ ਜਾਂ ਕਿਸੇ ਰਹਿਤ ਮਰਿਆਦਾ ਦਾ ਉਹ ਕੋਈ ਇਲਮ ਨਹੀਂ ਜਾਪਦਾ, ਬਟ ਆਪਣੇ ਬੱਚੇ ਐਪਰੈਂਟਲੀ ਜਿਹੜੀ ਉਹਨਾਂ ਦੀ ਦਿੱਖ ਹੈ ਉਹਦੇ 'ਚ ਥੋੜ੍ਹੀ ਡੈਵੀਸ਼ਨ ਜ਼ਰੂਰ ਹੈ, ਪਰ ਮਨ ਕਰਕੇ ਜਿੰਨਾ ਉਹ ਗੁਰਬਾਣੀ ਨਾਲ ਜੁੜੇ ਹੋਏ ਨੇ, ਮਨ ਕਰਕੇ ਜਿੰਨਾ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਨੇ, ਮਨ ਕਰਕੇ ਜਿੰਨਾ ਇੰਨਾ ਕਿਸੇ ਧਾਰਮਿਕ ਇਸ਼ੂ 'ਤੇ ਖੜ੍ਹੇ ਹੁੰਦੇ ਨੇ ਔਰ ਜਾਨਾ ਮਾਰਨ ਤੱਕ ਨੂੰ ਜਾਂਦੇ ਨੇ, ਇਹ ਸਿਰਫ ਹਾਲੇ ਸਿੱਖ ਧਰਮ ਵਿੱਚ ਹੀ ਹੈ। ਕਰੈਕਟ, ਉਹ ਸਾਨੂੰ ਬਿਲਕੁਲ ਬਲੈਸ ਕੀਤਾ ਹੋਇਆ ਗੁਰੂ ਸਾਹਿਬ ਨੇ, ਹਰ ਚੀਜ਼ਾਂ ਨਾਲ ਸਾਨੂੰ ਨਵਾਜਿਆ ਹੋਇਆ, ਕ੍ਰੀਏਟਿਵਿਟੀ ਸਾਨੂੰ ਦਿੱਤੀ ਹੋਈ ਹੈ, ਹੰਬਲ ਅਸੀਂ ਹਾਂ, ਪੈਸ਼ਨੇਟ ਅਸੀਂ ਹਾਂ, ਹਾਰਡਵਰਕਿੰਗ ਅਸੀਂ ਹਾਂ, ਲਵ ਸਾਡੇ ਕੋਲ ਹੈ, ਕਰਜ ਸਾਡੇ ਕੋਲ ਹੈ, ਤਾਂ ਆਈ ਥਿੰਕ ਸਭ ਚੀਜ਼ਾਂ ਨਾਲ ਸਾਨੂੰ ਨਵਾਜਿਆ ਹੋਇਆ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਗੱਲ ਸੁਣ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸਿੰਦਰ ਬੋਲ ਰਿਹਾ ਜੀ, ਫੋਟੋ ਜੇ ਬੱਚੇ ਹੁੰਦੇ ਤਾਂ ਬੇਸ ਆਫ ਐਨੀ ਸੋਸਾਇਟੀ ਜੀ, ਜੀ ਅਸੀਂ ਇਸ ਬਾਰੇ ਜ਼ਰੂਰ ਸੁਰਿੰਦਰ ਜੀ ਆਪਾਂ ਇੱਕ ਵਾਰੀ ਮੁੱਦਾ ਜ਼ਰੂਰ ਰੱਖਾਂਗੇ ਕਿ ਗੁਰਦੁਆਰਾ ਸਾਹਿਬ ਜ਼ਿਆਦਾ ਬਣਾ ਰਹੇ ਨੇ, ਹੋਸਪਿਟਲ ਜਾਂ ਸਕੂਲ ਘੱਟ ਬਣ ਰਹੇ ਨੇ। ਅੱਜ ਅਸੀਂ ਬੱਚਿਆਂ ਦਾ ਮੁੱਦਾ ਲੈ ਕੇ ਆਏ ਹਾਂ ਔਰ ਉਹਨਾਂ ਦੇ ਕ੍ਰੀਏਟਿਵਿਟੀ ਨੂੰ ਕਿਸ ਤਰੀਕੇ ਨਾਲ ਨਰਚਰ ਕੀਤਾ ਜਾ ਸਕਦਾ ਜਾਂ ਫਿਰ ਇਨਲਾਈਨਮੈਂਟ ਦੀ ਜ਼ਰੂਰਤ ਹੈਗੀ ਆ ਬੱਚਿਆਂ ਦੇ ਅੰਦਰ, ਉਹ ਇਨਲਾਈਟ ਆਪਾਂ ਬੱਚਿਆਂ ਨੂੰ ਕਿਵੇਂ ਕਰ ਸਕਦੇ ਹਾਂ ਔਰ ਕਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਮੀਰੀ ਪੀਰੀ ਕੋਨਸੈਪਟ ਸਮਝਾ ਸਕਦੇ ਹਾਂ ਜੋ ਕਿ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੋਇਆ। ਜੀ ਡਾਕਟਰ ਸਾਹਿਬ ਜੀ, ਮੈਨੂੰ ਇਹ ਲੱਗਦਾ ਹਰਕਿਰਤ ਜੀ ਕਿ ਬੱਚੇ ਦੀ ਜਿਹੜੀ ਪਰਵਰਿਸ਼ ਦੀ ਪਲੈਨਿੰਗ ਹੈ ਜੀ, ਅਸੀਂ ਜਿਹੜੀ ਵਿਆਹ ਸ਼ਾਦੀਆਂ ਦੀ ਖੁਸ਼ੀਆਂ 'ਚ ਅਤੇ ਹੋਰ ਧੰਦਿਆਂ 'ਚ, ਕੰਮਾਂ 'ਚ, ਬਿਜ਼ਨਸ ਵਧਾਉਣ ਦੇ ਚੱਕਰ 'ਚ ਜਿਹੜਾ ਬੱਚਾ ਪੈਦਾ ਹੋਇਆ ਉਹਦਾ ਟਾਈਮ ਟੇਬਲ ਬਣਾਉਣ ਤੋਂ ਖੁੰਝ ਜਾਂਦੇ ਹਾਂ ਕਈ ਵਾਰੀ, ਔਰ ਕਈ ਵਾਰੀ ਇਸ ਚੀਜ਼ ਦੀ ਅਵੇਅਰਨੈਸ ਵੀ ਘੱਟ ਹੁੰਦੀ ਹੈ ਕਿ ਇਹਦਾ ਕਿਸ ਸਮੇਂ 'ਚ ਕੀ ਕਰਨਾ। ਦੇਖੋ, ਬੱਚੇ ਨੇ ਜਿਹੜੀਆਂ, ਹਰ ਬੱਚਾ ਕਿਸੇ ਨਾ ਕਿਸੇ ਗੋਡਲੀ ਫੈਕਲਟੀ ਦੇ ਨਾਲ, ਕਿਸੇ ਗਿਫਟ ਦੇ ਨਾਲ ਪੈਦਾ ਹੁੰਦਾ ਜੀ। ਉਸ ਜਿਹੜਾ ਉਹਦੀ ਫੈਕਲਟੀ ਹੈ, ਜਿਹੜਾ ਉਹਦੇ 'ਚ ਵਿਸ਼ੇਸ਼ ਹੁਨਰ ਹੈ, ਉਹ ਉਦੋਂ ਰੱਬ ਨੇ ਉਹਨੂੰ ਉਹ ਚੀਜ਼ ਜਿਹੜੀ ਇੱਕ ਆਊਟਲੈਟ ਉਹਦੀ ਐਨਰਜੀਜ਼ ਨੂੰ ਚੈਨਲਾਈਜ਼ ਕਰਨ ਲਈ ਨਾਲ ਪ੍ਰੋਵਾਈਡ ਕੀਤਾ ਹੁੰਦਾ ਜੀ। ਪੇਰੈਂਟਸ ਅਮੂਮਨ ਉਸ ਚੀਜ਼ ਨੂੰ ਆਈਡੈਂਟੀਫਾਈ ਕਰਨ 'ਚ, ਜਿੰਨਾ ਪੇਰੈਂਟਸ ਦਾ ਅਤੇ ਆਪਣਾ ਕੋਈ ਕਲਚਰਲ ਬੈਕਗਰਾਉਂਡ ਹੈ, ਕੋਈ ਉਹਨਾਂ ਨੇ ਕੋਈ ਕੰਪੀਟੀਸ਼ਨ ਵਿੱਚ ਹਿੱਸੇ ਲਏ ਨੇ, ਉਹਨਾਂ ਨੂੰ ਇਸ ਚੀਜ਼ ਦਾ ਇਲਮ ਹੁੰਦਾ। ਪਰ ਜਿਹੜੇ ਇਸ ਤਰ੍ਹਾਂ ਦੇ ਐਕਸਪੋਜਰ ਨਾਲ ਨਹੀਂ ਹੁੰਦੇ ਅਤੇ ਉਹ ਬੱਚਿਆਂ ਦਾ ਰਾਈਟ ਟਾਈਮ 'ਤੇ, ਕਿਉਂਕਿ ਜਦ ਤੱਕ ਬੱਚਾ ਦੂਜੀ, ਤੀਜੀ, ਚੌਥੀ 'ਚ ਹੁੰਦਾ, ਇਟ ਇਜ਼ ਆਲਮੋਸਟ ਗੈਟਿੰਗ ਲੇਟ। ਯਾਨੀ ਇਹ ਪੈਰਾਡਾਈਮ ਸ਼ਿਫਟ ਹੋਇਆ ਇਹ ਵਰਲਡ ਓਵਰ ਹੀ, ਉਹ ਅਮਰੀਕਾ 'ਤੇ, ਇੰਡੀਆ 'ਤੇ ਸਭ 'ਤੇ ਲਾਗੂ ਹੈ ਕਿ ਬੱਚਿਆਂ ਨੂੰ ਜਿਹੜੀ ਗੱਲ ਸਮਝ 12ਵੀਂ ਤੱਕ ਆਉਂਦੀ ਸੀ, ਕਾਲਜ 'ਚ ਆਉਂਦੇ ਸੀ, ਉਹ 7ਵੀਂ 8ਵੀਂ ਦੇ ਬੱਚੇ ਬੜੇ ਅਵੇਅਰ ਨੇ। ਮੈਂ ਆਈ ਹੈਵ ਸੀਨ ਦਿਸ ਬਿਕੋਜ਼ ਮੈਂ ਦੇਖਿਆ ਇੱਥੇ ਬੱਚਿਆਂ ਦੇ ਅੰਦਰ, ਜਿਹੜੇ ਬੱਚੇ ਸਾਡੇ ਇੰਡੀਆ 'ਚ, ਮੈਂ ਅਗਰ ਕੰਪੇਅਰ ਕਰਾਂ, ਜੇਕਰ ਉਹਨਾਂ ਦੀ ਉਮਰ ਇੱਥੇ 15-16 ਸਾਲ ਹੈ, 15-16 ਸਾਲ ਦੇ ਬੱਚੇ ਜਿਹੜੇ ਇੰਡੀਆ ਦੇ ਵਿੱਚ ਨੇ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ। ਇੱਥੇ ਲੱਗਦਾ ਕਿ ਉਹਨਾਂ ਦੀ ਬ੍ਰੇਨ ਸਟਰੋਮਿੰਗ ਜਾਂ ਤਾਂ ਵਾਕਈ ਹੈਗੀ, ਕਿਉਂਕਿ ਜਿਸ ਸਮਾਜ ਦੇ ਵਿੱਚ ਰਹਿੰਦੇ ਨੇ ਉੱਥੇ ਸਕੂਲ ਦੇ ਵਿੱਚ ਉਹਨਾਂ ਨੂੰ ਨਰਚਰ ਕੀਤਾ ਜਾਂਦਾ, ਸੋਸਾਇਟੀ ਦੇ ਜਿਹੜੇ ਲੋਕ ਨੇ ਉਹ ਨਰਚਰ ਕਰਦੇ ਨੇ, ਜਾਂ ਫਿਰ ਜੇ ਸਾਡੇ ਘਰ ਦੇ ਵਿੱਚ ਮਾਹੌਲ ਅਜਿਹਾ ਬਣ ਜਾਂਦਾ ਕਿ ਅਸੀਂ ਵਾਕਈ ਹੀ ਬੱਚਿਆਂ ਦੀ ਕ੍ਰੀਏਟਿਵਿਟੀ ਨੂੰ ਸਮਝ ਲੈਂਦੇ ਹਾਂ। ਯੈਸ, ਇਹ ਬਿਲਕੁਲ ਠੀਕ ਹੈ ਕਰਕੀਰ ਜੀ, ਜਿਹੜੀ ਉਹਨਾਂ ਦੇ ਬੱਚਿਆਂ ਦੀ ਡਿਵੈਲਪਮੈਂਟ ਔਰ ਗ੍ਰਾਸਪਿੰਗ ਪਾਵਰ ਔਰ ਇੰਟਲੈਕਟ ਇਵੋਲਵ ਹੋ ਗਿਆ, ਨੈਕਸਟ ਜਨਰੇਸ਼ਨ ਦਾ ਹੋਰ ਜ਼ਿਆਦਾ ਇੰਪਰੂਵ ਹੈ, ਤਾਂ ਇਸ ਕਰਕੇ ਇਟ ਇਜ਼ ਆਲਵੇਜ਼ ਡਿਜ਼ਾਇਰੇਬਲ ਟੂ ਸਟਾਰਟ ਵੈਰੀ ਅਰਲੀ। ਵੀ ਸ਼ੁੱਡ ਨੋਟ ਵੇਟ, ਵੀ ਕੋਈ ਨਹੀਂ ਹਾਲੇ ਪੜ੍ਹ ਲੈਣ ਦਿਓ, ਹਾਲੇ ਤਾਂ ਇਨੀਸ਼ੀਅਲ ਹੈ, 2000 ਦਾ ਰੀਅਲ ਡਿਵੈਲਪਿੰਗ ਈਅਰਸ, ਉਹਦੇ 'ਚ ਅਸੀਂ ਕਹਿੰਦੇ ਸਾਡੇ ਬੱਚੇ ਨੂੰ ਗੱਤਕਾ ਆਉਣਾ ਚਾਹੀਦਾ। ਹੁਣ ਗੱਤਕਾ ਉਹਨੇ 12ਵੀਂ ਤੋਂ ਬਾਅਦ ਥੋੜ੍ਹਾ ਸਿੱਖਣਾ, ਉਹਦੇ ਕੋਲ ਤਾਂ ਹੁਣ ਟਾਈਮ ਹੀ ਹੈ ਨਹੀਂ, ਗੱਤਕਾ ਤਾਂ ਉਦੋਂ ਸਿੱਖਣਾ ਜੋ ਚੌਥੀ, ਪੰਜਵੀਂ, ਤੀਜੀ ਜਮਾਤ ਸੀਗਾ। ਯੂ ਹੈਡ ਪੁੱਟ ਦੇਅਰ। ਅੱਛਾ, ਉਸ ਤੋਂ ਬਾਅਦ ਬੱਚਾ, ਮੈਂ ਇਹ ਵੀ ਦੇਖਿਆ ਰਹਿਣਾ ਕਿ ਅਜੇ ਤੱਕ 12ਵੀਂ ਤੋਂ ਬਾਅਦ ਸਾਡੇ ਇੱਥੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਬੋਲ ਲੈਂਦੇ ਨੇ ਲੇਕਿਨ ਲਿਖਣੀ ਨਹੀਂ ਆਉਂਦੀ।
ਜਿਹੜੇ ਕੈਂਪ 'ਚ ਮੈਂ ਇਸ ਵੇਲੇ ਬੱਚਿਆਂ ਦੇ ਨਾਲ ਰੂਬਰੂ ਹੋ ਰਿਹਾ, ਬੱਚਿਆਂ ਦੇ ਨਾਲ ਗੱਲਾਂ ਹੋ ਰਹੀਆਂ, ਅਤੇ ਅਸੀਂ ਇਹ ਤਰਸਦੀ ਹੈ ਕਿ ਅਸੀਂ ਊੜਾ ਐੜਾ ਹੁਣ ਸਿਖਾ ਰਹੇ ਹਾਂ ਉਹਨਾਂ ਨੂੰ, ਅਤੇ ਊੜਾ ਐੜਾ ਜਿਹਨੂੰ ਆਉਂਦਾ ਉਹਨੂੰ ਅਸੀਂ ਉਹ ਮਾਤਰਾ ਸਿਖਾ ਰਹੇ ਹਾਂ, ਬਟ ਉਹ ਇਸ ਤਰ੍ਹਾਂ ਨਹੀਂ ਹੋਇਆ ਕਿ ਇਟ ਇਜ਼ ਬਿਟ ਲੇਟ, ਇਟ ਇਜ਼ ਇਨਫੈਕਟ ਕੁਆਇਟ ਲੇਟ, ਅਤੇ ਚਲੋ ਹੁਣ ਵੀ ਹੋ ਰਿਹਾ, ਇਟਸ ਨੈਵਰ ਲੇਟ ਟੂ ਇੰਪਰੂਵ, ਬਟ ਦਾ ਥਿੰਗ ਇਜ਼ ਕਿ ਇਹ ਚੀਜ਼ ਦਾ ਆਹ ਵਾਲਾ ਟਾਈਮ ਟੇਬਲ ਸਾਨੂੰ ਜਿਹੜੇ, ਬੇਸ਼ੱਕ ਤੁਸੀਂ ਕਿਸੇ ਵੇਲੇ ਇਸ ਚੀਜ਼ ਨੂੰ ਯੂ ਐੱਸ ਏ ਦਾ ਜਿਹੜਾ ਬੱਚਾ ਪੈਦਾ ਹੁੰਦਾ ਹੈ ਉਹ ਸਿੱਖ ਪਰਿਵਾਰ ਵਿੱਚ, ਅਸੀਂ ਜੇ ਸਿੱਖ ਧਰਮ ਦੀ ਗੱਲ ਕਰਦੇ ਹਾਂ, ਅਤੇ ਉਹਦੇ ਵਿੱਚ ਉਹ ਕਿਸ ਸਟੇਜ 'ਤੇ ਸਾਹਿਬਜ਼ਾਦਿਆਂ ਦਾ ਮਾਡਲ ਸਾਡੇ ਸਾਹਮਣੇ ਹੈ, ਬਿਲਕੁਲ ਇਸ ਤੋਂ ਵੱਡਾ ਕਿਹੜੇ ਵੱਡਾ ਮਾਡਲ ਕੁਝ ਹੋ ਨਹੀਂ ਸਕਦਾ। ਡਾਕਟਰ ਸਾਹਿਬ ਮੈਨੂੰ ਕਾਲਸ ਹੋਰ ਵੀ ਆ ਰਹੀਆਂ ਹਨ, ਦਰਸ਼ਕਾਂ ਦੇ ਸੁਝਾਅ ਵੀ ਲੈ ਲਈਏ ਜਾਂ ਫਿਰ ਉਹਨਾਂ ਦਾ ਕੋਈ ਸਵਾਲ ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਵਿੰਦਰ ਸਿੰਘ ਸਿਕੰਦ ਬੋਲ ਰਿਹਾ। ਜੀ 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 ਸਿਕੰਦ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਸਕਾਟਲੈਂਡ ਤੋਂ। ਜੀ ਜੀ, ਮੈਂ ਕਹਿਣਾ ਚਾਹੁੰਦਾ ਕਿ ਸਾਰਿਆਂ ਤੋਂ ਵੱਡਾ ਜਿਹੜਾ ਕਸੂਰ ਹੈ ਅਗਰ ਬੱਚਿਆਂ ਦਾ ਨਹੀਂ ਹੈ ਜੀ, ਮਾਪਿਆਂ ਦਾ ਜੀ। ਮਾਪੇ ਜਿੱਧਰ ਨੂੰ ਬੱਚੇ ਨੂੰ ਲਾਣ, ਅਸੀਂ ਸਾਰੇ ਇੰਡੀਆ ਤੋਂ ਆਏ ਲੱਗਦੇ ਹਾਂ, ਸਾਨੂੰ ਮੈਨੂੰ ਇਹ ਸੋਚਣਾ ਚਾਹੀਦਾ ਅਸੀਂ ਇੰਡੀਆ ਨੂੰ ਇੰਨਾ ਬੁਰਾ ਨਾ ਕਹੀਏ ਜਿੰਨਾ ਦਿਖਾਇਆ ਜਾਂਦਾ ਹੈ। ਇੰਡੀਆ 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 ਸਾਡੇ ਰੂਟਸ ਹੈ, ਰੂਟਸ ਤੋਂ ਉੱਖੜ ਕੇ ਤੁਸੀਂ ਕਿਤੇ ਵੀ ਜਾ ਕੇ ਸੈੱਟ ਹੋਵੋਗੇ ਤੇ ਮੁਸ਼ਕਲ ਹੈ। ਤੇ ਬਾਕੀ ਰਹੀ ਗੱਲ ਜਿੱਦਾਂ ਮਾਂ ਪਿਓ ਬੱਚਿਆਂ ਨੂੰ ਚਾਹੇ ਇੱਥੇ ਹੈ ਤੇ ਚਾਹੇ ਇੰਡੀਆ ਹੈ, ਸੋਨਾ ਇੱਥੇ ਵੀ ਹੈ ਤੇ ਸੋਨਾ ਉੱਥੇ ਵੀ ਹੈ, ਇੱਥੇ ਵੀ ਕਚਰਾ ਹੈਗਾ ਤੇ ਉੱਥੇ ਵੀ ਕਚਰਾ ਹੈਗਾ। ਇਹ ਨਾ ਕਹੋ ਕਿ ਭਾਰਤ ਜਿਹੜਾ ਹੈਗਾ ਜਾਂ ਇੰਡੀਆ ਜਿਹੜਾ ਹੈਗਾ ਉੱਥੇ ਸਾਰੇ ਬੱਚੇ ਬੇਕਾਰ ਹੈਗੇ ਜਾਂ ਸਾਰੇ ਬੱਚੇ ਮਤਲਬ ਮਾਪਿਆਂ ਤੋਂ ਬਾਹਰ ਨਹੀਂ, ਉੱਥੇ ਦੇ ਬੱਚੇ ਮਾਪਿਆਂ ਦੇ ਜ਼ਿਆਦਾ ਕਹਿਣੇ 'ਚ ਹੈਗੇ, ਚਾਹੇ ਉਹ ਵਿਆਹੇ ਹੋਏ ਹੈ ਚਾਹੇ ਉਹ ਜਿੱਦਾਂ ਮਰਜ਼ੀ ਹੈ, ਇੱਕ ਪਰਿਵਾਰ 'ਚ ਰਹਿ ਰਹੇ, ਇੱਕ ਘਰ 'ਚ ਰਹਿ ਰਹੇ, ਮਾਂ ਬਾਪ ਦੀ ਇੱਜ਼ਤ ਕਰਦੇ ਹੈ। ਇੱਥੇ ਬੱਚੇ ਦਾ ਵਿਆਹ ਹੁੰਦਾ ਤੇ ਪਹਿਲਾਂ ਅਗਲੇ ਕਹਿੰਦੇ ਜੀ ਬੱਚੇ ਨੂੰ ਘਰ ਦੂਜਾ ਲੈ ਦਿਓ ਤਾਂ ਕਿ ਬੱਚਾ ਪਹਿਲਾਂ ਲੈਦਾ ਰਹੇ, ਤੇ ਫਿਰ ਦੱਸੋ ਉਹਨਾਂ ਨੇ ਮਾਂ ਪਿਓ ਦੀ ਇੱਜ਼ਤ ਕਦੋਂ ਕਰਨੀ ਹੈ। ਬਾਕੀ ਇੰਨੇ ਇੰਨੇ ਬੁਰੇ ਨਹੀਂ ਹੈ, ਅਸੀਂ ਹਿੰਦੁਸਤਾਨੀ ਜੇ ਹਿੰਦੁਸਤਾਨ ਤੋਂ ਆਏ ਜਾਂ ਪਾਕਿਸਤਾਨ ਤੋਂ ਆਏ ਹਾਂ, ਇਹ ਸਾਰੇ ਅਸੀਂ ਪੰਜਾਬ ਤੋਂ ਜਿਹੜੇ ਆਏ ਹੈਗੇ ਸਾਰੇ ਸਾਰੇ ਇੰਨੇ ਬੁਰੇ ਨਹੀਂ ਜਿੰਨਾ ਦਿਖਾਇਆ ਜਾਂਦਾ ਹੈਗਾ। ਹੁਣ ਇੱਥੇ ਲੰਡਨ ਹਾਈ ਸਟਰੀਟ ਦੇਖ ਲਓ, ਲੋਕੀ ਕਾਰਡ ਬਾਕਸ ਵੀ ਪਏ ਹੈ ਤੇ ਲੋਕੀ ਇਹੋ ਜਿਹੇ ਵੀ ਪਏ ਹੈ ਜਿਹਨਾਂ ਦੇ ਕੋਲ ਮਿਲੀਅਨਸ ਦੇ ਘਰ ਹੈਗੇ। ਸਾਡੇ ਪੰਜਾਬੀਆਂ ਦੇ ਹੀ ਲੈ ਲਓ, ਬੱਚੇ ਧੱਕੇ ਖਾਂਦੇ ਫਿਰਦੇ, ਇੱਥੇ ਕਿਹੜਾ ਨਹੀਂ ਹੈਗੇ, ਇੱਥੇ ਕਿਹੜਾ ਨਹੀਂ ਹੈਗੇ ਡਰੱਗੀ। ਇਹ ਇਹ ਗੱਲ ਨਹੀਂ ਹੈ, ਏਦਾਂ ਨਹੀਂ ਨਿੰਦਣਾ ਚਾਹੀਦਾ ਕਿ ਇੱਕ ਪਾਸਾ ਦੇਖ ਲਿਆ ਉਹਨੂੰ ਨਿੰਦੀ ਜਾਓ। ਠੀਕ ਹੈ, ਬੁਰਾਈ ਹੈ, ਸਭ ਕੁਛ ਹੈ, ਕਰਪਸ਼ਨ ਹੈ, ਮੈਂ ਮੰਨਦਾ, ਮੈਂ ਵੀ ਇਸੇ ਕਰਕੇ ਇਸ ਕੰਟਰੀ 'ਚ ਬੈਠਾ ਹੈਗਾ, ਲੰਡਨ 'ਚ, ਯੂਕੇ 'ਚ ਬੈਠਾ। ਜੇ ਜੇ ਇੰਨਾ ਹੀ ਚੰਗਾ ਹੁੰਦਾ ਭਾਰਤ ਸਾਡਾ ਤੇ ਮੈਨੂੰ ਇੰਗਲੈਂਡ ਬੈਠਣ ਦੀ ਲੋੜ ਨਹੀਂ ਸੀ, ਮੈਂ ਆਰਾਮ ਨਾਲ ਉੱਥੇ ਕੰਮ ਕਰਦਾ। ਜੀ 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 ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਗੱਲ ਰੱਖੀ। ਅਤੇ ਮੈਨੂੰ ਪੂਰੀ ਗੱਲਾਂ ਦੇ ਵਿੱਚ ਇੱਕ ਗੱਲ ਜ਼ਰੂਰ ਡਾਕਟਰ ਸਾਹਿਬ ਤੋਂ ਮੈਂ ਪੁੱਛੂੰਗਾ ਕਿ ਮਾਪਿਆਂ ਦਾ ਸਤਿਕਾਰ ਕਰਨਾ ਉਹ ਕਿੰਨਾ ਜ਼ਰੂਰੀ ਹੈਗਾ। ਅਗਰ ਅੱਜ ਸਾਡੇ ਨਾਲ ਉਹ ਬੱਚੇ ਵੀ ਬੈਠੇ ਨੇ ਜੋ ਕਿ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ, ਜਾਂ ਫਿਰ ਸਾਡੇ ਨਾਲ ਜਿਹੜੇ ਮਾਪਿਓ ਬੈਠੇ ਨੇ ਉਹਨਾਂ ਨੂੰ ਵੀ ਅਸੀਂ ਅੱਜ ਜ਼ਰੂਰ ਡਾਕਟਰ ਸਾਹਿਬ ਵੱਲੋਂ ਉਹਨਾਂ ਦੀ ਜਿਹੜੀ ਨੌਲੇਜ ਹੈ ਇਸ ਪ੍ਰਤੀ ਜ਼ਰੂਰ ਤੁਹਾਨੂੰ ਦੱਸਾਂਗੇ, ਔਰ ਕਿਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਵੀ ਇੱਕ ਸੁਨਹਿਰਾ ਭਵਿੱਖ ਦੇ ਸਕਦੇ ਹੋ, ਔਰ ਕਿਸ ਤਰੀਕੇ ਨਾਲ ਬੱਚੇ ਤੁਹਾਨੂੰ ਸੁਨਹਿਰਾ ਭਵਿੱਖ ਦੇ ਸਕਦੇ ਨੇ, ਇਹ ਦੋਨੋਂ ਸਵਾਲ ਆਪਣੇ ਆਪ 'ਚ ਜੁੜੇ ਹੋਏ ਨੇ। ਲਵਾਂਗੇ ਇਹਨਾਂ ਸਵਾਲਾਂ ਦੇ ਜਵਾਬ ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ।